ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਹੈ 15 ਫਰਵਰੀ 2024। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 15 ਫਰਵਰੀ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ। ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ, ਉਹ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਯੂਨਾਈਟਿਡ ਵਰਲਡ ਰੈਸਲਿੰਗ ਨੇ ਕਿਹੜੇ ਦੇਸ਼ ਦੀ ਕੁਸ਼ਤੀ ਫੈਡਰੇਸ਼ਨ ਦੀ ਮੈਂਬਰਸ਼ਿਪ ਬਹਾਲ ਕਰ ਦਿੱਤੀ ਹੈ? ਹਾਂਜੀ, ਯੂਨਾਈਟਿਡ ਵਰਲਡ ਰੈਸਲਿੰਗ ਨੇ ਭਾਰਤ ਦੀ ਕੁਸ਼ਤੀ ਫੈਡਰੇਸ਼ਨ ਮੈਂਬਰਸ਼ਿਪ ਬਹਾਲ ਕੀਤੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਇੰਪੋਰਟੈਂਟ ਪੁਆਇੰਟ ਤੋਂ ਸਮਝ ਲੈਂਦੇ ਹਾਂ। ਸੰਯੁਕਤ ਵਿਸ਼ਵ ਕੁਸ਼ਤੀ ਨੇ ਪਿਛਲੇ ਸਾਲ 23 ਅਗਸਤ ਨੂੰ ਭਾਰਤੀ ਕੁਸ਼ਤੀ ਮਹਾਸੰਘ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਸੀ, ਕਿਉਂਕਿ ਭਾਰਤੀ ਸੰਸਥਾ ਸਮੇਂ 'ਤੇ ਚੋਣਾਂ ਕਰਵਾਉਣ ਵਿੱਚ ਅਸਫਲ ਰਹੀ ਸੀ, ਅਤੇ ਇਸ ਕਰਕੇ ਹੁਣ ਇਸ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਵਾ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਕਿਸ ਰਾਜ ਦੀ ਵਿਧਾਨ ਸਭਾ ਵਿੱਚ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਸੋਧ ਬਿੱਲ 2024 ਪਾਸ ਕੀਤਾ ਗਿਆ ਹੈ? ਹਾਂਜੀ, ਰੀਸੈਂਟਲੀ ਤੇਲੰਗਾਨਾ ਦੀ ਵਿਧਾਨ ਸਭਾ ਦੇ ਵਿੱਚ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਸੋਧ ਬਿੱਲ 2024 ਪਾਸ ਕੀਤਾ ਗਿਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਦੇਖੋ, ਹੁਣ ਤੇਲੰਗਾਨਾ ਵਿੱਚ ਜਿਹੜਾ ਹੁੱਕਾ ਪਾਰਲਰ ਆ ਉਹ ਬੰਦ ਕਰ ਦਿੱਤੇ ਆ। ਪਹਿਲਾਂ ਹੁੱਕਾ ਪਾਰਲਰ ਦੇ ਕਾਰਨ ਲੋਕ ਨੌਜਵਾਨਾਂ ਦੇ ਵਿੱਚ ਇਹਦੀ ਜ਼ਿਆਦਾ ਜਿਹੜੀ ਆਪਾਂ ਕਹਿ ਸਕਦੇ ਹਾਂ ਨੌਜਵਾਨਾਂ ਵਿੱਚ ਹੁੱਕਾ ਦੀ ਜ਼ਿਆਦਾ ਤੰਬਾਕੂ ਦੀ ਜ਼ਿਆਦਾ ਲੱਤ ਲੱਗ ਰਹੀ ਸੀਗੀ। ਇਸ ਕਰਕੇ ਹੁਣ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਬਿੱਲ ਪਾਸ ਹੋ ਚੁੱਕਿਆ ਤੇਲੰਗਾਨਾ ਦੇ ਵਿੱਚ। ਹੁਣ ਤੇਲੰਗਾਨਾ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤੇਲੰਗਾਨਾ। ਪਹਿਲਾਂ ਸਾਡੇ ਭਾਰਤ ਦੇ 28 ਰਾਜ ਸੀ, ਫਿਰ ਤੇਲੰਗਾਨਾ ਨੂੰ ਇੱਕ ਨਵਾਂ ਰਾਜ ਬਣਾ ਕੇ ਰਾਜਾਂ ਦੀ ਗਿਣਤੀ ਕਿੰਨੀ ਹੋ ਗਈ? 29 ਹੋ ਗਈ। ਅਤੇ ਹੁਣ ਵੀ ਭਾਰਤ ਦੇ 28 ਹੀ ਰਾਜ ਆ, ਕਿਉਂਕਿ ਇੱਕ ਰਾਜ ਸੀਗਾ ਜੰਮੂ ਕਸ਼ਮੀਰ, ਉਸ ਨੂੰ ਹੁਣ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ। ਅਤੇ ਇਸ ਸਮੇਂ ਸਾਡੇ ਭਾਰਤ ਦਾ 29ਵਾਂ ਰਾਜ ਯਾਨੀ ਕਿ 28ਵਾਂ ਰਾਜ ਹੁਣ ਤੇਲੰਗਾਨਾ ਵਾ, 29ਵਾਂ ਨਹੀਂ ਰਿਹਾ। ਠੀਕ ਹੈ, ਕਿਉਂਕਿ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ 2 ਭਾਗਾਂ ਦੇ ਵਿੱਚ ਵੰਡ ਕੇ। ਹੁਣ ਤੇਲੰਗਾਨਾ ਦੀ ਗੱਲ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤੇਲੰਗਾਨਾ। ਤੇਲੰਗਾਨਾ ਦੀ ਕੈਪੀਟਲ ਹੈ ਹੈਦਰਾਬਾਦ, ਚੀਫ ਮਿਨਿਸਟਰ ਰੇਵੰਤ ਰੈਡੀ ਅਤੇ ਗਵਰਨਰ ਆ ਡਾਕਟਰ ਤਮਿਲ ਸਾਹੀ ਸੁੰਦਰਾਜਨ। ਤੇਲੰਗਾਨਾ ਦੇ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਆ, ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਆ, ਮਹਾਵੀਰ ਹਰੀਨਾ ਮਨਸਥਲੀ ਨੈਸ਼ਨਲ ਪਾਰਕ ਆ, ਪਾਖਿਲ ਵਾਈਲਡ ਲਾਈਫ ਸੈਂਚੁਰੀ ਆ, ਕਾਵਲਾ ਵਾਈਲਡ ਲਾਈਫ ਸੈਂਚੁਰੀ ਆ। ਤੇਲੰਗਾਨਾ ਇੰਟਰਨੈਟ ਨੂੰ ਮੌਲਿਕ ਅਧਿਕਾਰ ਬਣਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਹੱਬ ਸਥਾਪਿਤ ਕਰੇਗਾ। ਤੇਲੰਗਾਨਾ ਦੇ ਮੁੱਖ ਮੰਤਰੀ ਨੇ ਵਿਦੇਸ਼ਾਂ ਵਿੱਚ ਵਿਦਿਆਰਥੀਆਂ ਲਈ ਇੱਕ ਹੈਲਪ ਡੈਸਕ ਲਾਂਚ ਕੀਤਾ। ਤੇਲੰਗਾਨਾ ਸਰਕਾਰ ਦੁਆਰਾ ਪਰਜਾ ਪਾਲਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਤੇਲੰਗਾਨਾ ਸਰਕਾਰ ਔਰਤਾਂ ਅਤੇ ਟਰਾਂਸਜੈਂਡਰਾਂ ਲਈ ਮੁਫਤ ਬੱਸ ਸੇਵਾ ਸ਼ੁਰੂ ਕਰੇਗੀ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਕਿਸ ਕੰਪਨੀ ਦਾ ਮਾਰਕੀਟ ਕੈਪ 20 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ? ਹਾਂਜੀ, ਮਾਰਕੀਟ ਕੈਪ 20 ਲੱਖ ਕਰੋੜ ਰੁਪਏ ਨੂੰ ਪਾਰ ਕੀਤਾ ਵਾ ਰਿਲਾਇੰਸ ਇੰਡਸਟਰੀਜ਼ ਦਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਆ ਵੈਰੀ ਵੈਰੀ ਇੰਪੋਰਟੈਂਟ, ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿਸ ਦੇਸ਼ ਦੇ 3 ਦਿਨਾਂ ਦੇ ਦੌਰੇ 'ਤੇ ਗਏ ਹਨ? ਹਾਂਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 3 ਦਿਨਾਂ ਦੇ ਦੌਰੇ 'ਤੇ ਗਏ ਆ ਕਤਰ ਅਤੇ UAE ਦੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਉਪਰੋਕਤ ਦੋਵੇਂ ਹੀ।
UAE ਦੇ ਪ੍ਰੈਜ਼ੀਡੈਂਟ ਆ ਮੁਹੰਮਦ ਬਿਨ ਜ਼ਾਇਦ ਅਲ ਨਹਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ UAE ਦੇ ਵਿੱਚ ਗਏ ਆ ਅਤੇ ਉੱਥੇ ਮੁਹੰਮਦ ਬਿਨ ਜ਼ਾਇਦ ਅਲ ਨਹਾਂ ਨੂੰ ਪ੍ਰੈਜ਼ੀਡੈਂਟ ਨੂੰ ਮਿਲੇ ਅਤੇ UPI ਨੂੰ ਵੀ UAE ਦੇ ਵਿੱਚ ਲਾਗੂ ਕੀਤਾ UPI ਨੂੰ UAE ਦੇ ਵਿੱਚ ਲਾਗੂ ਕੀਤਾ ਅਤੇ ਫਰਾਂਸ ਦੇ ਵਿੱਚ ਵੀ UPI ਲਾਗੂ ਹੋ ਚੁੱਕਿਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਸ਼੍ਰੀਲੰਕਾ ਅਤੇ ਮੌਰੀਸਸ ਵਿੱਚ ਵੀ ਆਪਣਾ UPI ਲਾਗੂ ਹੋ ਚੁੱਕਿਆ ਮਤਲਬ ਹੁਣ ਉੱਥੋਂ ਦੇ ਲੋਕ ਆ ਜਿਹੜੇ ਉਹ ਆਪਣੇ ਡਾਲਰ ਦੇ ਵਿੱਚ ਜਦੋਂ ਕਿ ਮੰਨ ਕੇ ਚਲੋ ਉਹਨਾਂ ਦੇ ਲੋਕਾਂ ਨੇ ਜੇ ਆਪਾਂ ਨੂੰ ਭੇਜਣੇ ਆ ਪੈਸੇ ਉਹਨਾਂ ਦੀ ਕੋਈ ਫੈਮਿਲੀ ਇੱਧਰ ਆ ਆਪਣੇ ਕੋਈ ਭਾਰਤ ਦਾ ਉੱਧਰ ਗਿਆ ਹੋਇਆ ਵਾ UAE ਦੇ ਵਿੱਚ ਅਤੇ ਉਹਨਾਂ ਨੇ ਇੱਧਰ ਪੈਸੇ ਭੇਜਣੇ ਆ ਤਾਂ ਉਹ UPI ਦੇ ਥਰੂ ਆਪਾਂ ਨੂੰ ਪਾ ਸਕਦੇ ਹਾਂ ਹੁਣ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ UPI ਦੇ ਥਰੂ ਪਾ ਸਕਦੇ ਆ ਅਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਲੋਕਾਂ ਨੂੰ ਵੀ ਮਿਲੇ ਆ ਇੰਡੀਅਨ ਲੋਕਾਂ ਨੂੰ ਜਿਹੜੇ ਉੱਥੇ ਰਹਿੰਦੇ ਆ ਅਤੇ ਇੱਕ ਮੇਨ ਕੰਮ ਆ ਜਾਂ ਮੇਨ ਜੋ ਉਹਨਾਂ ਦਾ ਪ੍ਰੋਗਰਾਮ ਸੀਗਾ ਜਿਹੜਾ ਕਿ ਐਲਾਨ ਮੋਦੀ ਪ੍ਰੋਗਰਾਮ ਦਾ ਨਾਮ ਆ ਇੱਕ ਸਟੇਡੀਅਮ ਦੇ ਵਿੱਚ ਆਯੋਜਿਤ ਕੀਤਾ ਗਿਆ ਵਾ ਨਾਮ ਕੀ ਆ ਐਲਾਨ ਮੋਦੀ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਅਤੇ ਉੱਥੇ ਗਏ ਅਤੇ ਨਾਲ ਦੀ ਨਾਲ ਜੋ ਬਹੁਤ ਇੰਪੋਰਟੈਂਟ ਫੈਕਟ ਆ BAPS ਮੰਦਰ ਇਹ ਹਿੰਦੂ ਮੰਦਰ ਆ ਇਸਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ ਅਤੇ ਨਾਲ ਦੀ ਨਾਲ ਉਹਨਾਂ ਨੇ ਧੰਨਵਾਦ ਵੀ ਕੀਤਾ ਮੁਹੰਮਦ ਬਿਨ ਜ਼ਾਇਦ ਅਲ ਨਹਾਂ ਦਾ ਹਿੰਦੂ ਮੰਦਰ ਖੋਲ੍ਹਣ ਦੇ ਲਈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ UAE ਦੀ ਗੱਲ ਆ UAE ਦੀ ਕੈਪੀਟਲ ਆ ਆਬੂਧਾਬੀ ਕਰੰਸੀ ਆ UAE ਦਿਰਹਮ ਪ੍ਰੈਜ਼ੀਡੈਂਟ ਆ ਮੁਹੰਮਦ ਬਿਨ ਜ਼ਾਇਦ ਅਲ ਨਹਾਂ ਅਤੇ UAE ਨੇ ਆਨੰਦ ਕੁਮਾਰ ਨੂੰ ਗੋਲਡਨ ਵੀਜ਼ਾ ਦਿੱਤਾ ਭਾਰਤ ਸਰਕਾਰ UAE ਵਿੱਚ ਭਾਰਤ ਪਾਰਕ ਬਣਾਉਣ ਦੀ ਯੋਜਨਾ ਬਣਾ ਰਹੀ ਆ ਭਾਰਤ ਅਤੇ UAE ਵਿਚਕਾਰ ਮਾਰੂਥਲ ਚੱਕਰਵਾਤ 2024 ਫੌਜੀ ਅਭਿਆਸ ਜਿਸਦਾ ਨਾਮ ਆ ਥਾਰ ਇਹ ਰਾਜਸਥਾਨ ਵਿੱਚ ਆਯੋਜਿਤ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਆਬੂਧਾਬੀ ਵਿੱਚ BAPS ਹਿੰਦੂ ਮੰਦਰ ਦਾ ਉਦਘਾਟਨ ਕਰਨਗੇ UAE ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਸਿੰਗਲ ਸਾਈਟ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ ਗਿਆ ਅਤੇ CBSE UAE ਵਿੱਚ ਨਵਾਂ ਪ੍ਰਸ਼ਾਸਕੀ ਦਫ਼ਤਰ ਖੋਲ੍ਹੇਗਾ ਨੈਕਸਟ ਹੈ ਹਾਲ ਹੀ ਵਿੱਚ ਦੁਨੀਆ ਦੀ ਪਹਿਲੀ ਏਅਰ ਟੈਕਸੀ ਸੇਵਾ ਕੌਣ ਸ਼ੁਰੂ ਕਰੇਗਾ ਹਾਂਜੀ ਦੁਨੀਆ ਦੀ ਪਹਿਲੀ ਏਅਰ ਟੈਕਸੀ ਸੇਵਾ ਸ਼ੁਰੂ ਕਰੇਗਾ ਦੁਬਈ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਕਿਸ ਨੇ ਹਾਲ ਹੀ ਵਿੱਚ ਅਹਿਮਦਾਬਾਦ ਵਿੱਚ ਗਾਂਧੀ ਨਗਰ ਪ੍ਰੀਮੀਅਰ ਲੀਗ ਦਾ ਉਦਘਾਟਨ ਕੀਤਾ ਹਾਂਜੀ ਅਹਿਮਦਾਬਾਦ ਵਿੱਚ ਗਾਂਧੀ ਨਗਰ ਪ੍ਰੀਮੀਅਰ ਲੀਗ ਦਾ ਉਦਘਾਟਨ ਕੀਤਾ ਸਾਡੇ ਕੇਂਦਰੀ ਸਹਿਕਾਰਤਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਅਮਿਤ ਸ਼ਾਹ ਕੇਂਦਰੀ ਸਹਿਕਾਰਤਾ ਅਤੇ ਗ੍ਰਹਿ ਮੰਤਰੀ ਆ ਠੀਕ ਹੈ ਅਤੇ ਸਾਡੇ ਰਾਜ ਦੇ ਪੰਜਾਬ ਰਾਜ ਦੇ ਸਹਿਕਾਰਤਾ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਆ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ 7ਵੀਂ ਹਿੰਦ ਮਹਾਂਸਾਗਰ ਕਾਨਫਰੰਸ ਕਿੱਥੇ ਹੋਵੇਗੀ ਹਾਂਜੀ 7ਵੀਂ ਹਿੰਦ ਮਹਾਂਸਾਗਰ ਕਾਨਫਰੰਸ ਆ ਜਿਹੜੀ ਇਹ ਪਰਥ ਦੇ ਵਿੱਚ ਹੋਵੇਗੀ ਪਰਥ ਆਸਟ੍ਰੇਲੀਆ ਦੇ ਵਿੱਚ ਆ ਅਤੇ ਆਸਟ੍ਰੇਲੀਆ ਦੇ ਵਿੱਚ ਹਿੰਦ ਮਹਾਂਸਾਗਰ ਕਾਨਫਰੰਸ ਹੋਈ ਆ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਰੇਡੀਓ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਰੇਡੀਓ ਦਿਵਸ ਇਹ ਹਰੇਕ ਸਾਲ 13 ਫਰਵਰੀ ਨੂੰ ਮਨਾਇਆ ਜਾਂਦਾ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ ਇਹਨਾਂ ਵਿੱਚੋਂ ਕੋਈ ਵੀ ਨਹੀਂ ਕਿਉਂਕਿ ਵਿਸ਼ਵ ਰੇਡੀਓ ਦਿਵਸ ਹਰੇਕ ਸਾਲ 13 ਫਰਵਰੀ ਨੂੰ ਮਨਾਇਆ ਜਾਂਦਾ ਇੱਕ ਸਮਾਂ ਸੀਗਾ ਜਦੋਂ ਸੰਚਾਰ ਦਾ ਕੋਈ ਸਾਧਨ ਨਹੀਂ ਸੀ ਪਰ ਹੁਣ ਦੇ ਸਮੇਂ ਦੇ ਵਿੱਚ ਤਾਂ ਸੰਚਾਰ ਦੇ ਕਾਫੀ ਜ਼ਿਆਦਾ ਸਾਧਨ ਹੈ ਨਾ ਉਸ ਸਮੇਂ ਦੇ ਵਿੱਚ ਸੰਚਾਰ ਦਾ ਕੋਈ ਸਾਧਨ ਨਹੀਂ ਸੀ ਸੰਚਾਰ ਮਤਲਬ ਕਮਿਊਨੀਕੇਟ ਕਰਨ ਦਾ ਕੋਈ ਸਾਧਨ ਨਹੀਂ ਸੀ ਪਰ ਉਸ ਸਮੇਂ ਰੇਡੀਓ ਇੱਕੋ ਇੱਕ ਸਾਧਨ ਸੀ ਜਿਸ ਦੇ ਥਰੂ ਸਾਰੀਆਂ ਸਾਨੂੰ ਖਬਰਾਂ ਮਿਲਦੀਆਂ ਸੀਗੀਆਂ ਸਾਰਾ ਕੁਝ ਪਤਾ ਲੱਗਦਾ ਸੀ ਆਪਣੇ ਆਲੇ ਦੁਆਲੇ ਬਾਰੇ ਇੱਕ ਰੇਡੀਓ ਹੀ ਸੀਗਾ ਜਿਹਦੇ ਬਾਰੇ ਸਾਨੂੰ ਪਤਾ ਲੱਗਦਾ ਸੀ ਠੀਕ ਹੈ ਰੇਡੀਓ ਦਾ ਬਹੁਤ ਮਹੱਤਵ ਰਿਹਾ ਵਾ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਮਨੋਰੰਜਨ ਦਾ ਸਾਧਨ ਵੀ ਰੇਡੀਓ ਸੀਗਾ ਠੀਕ ਹੈ ਕਰੰਟ ਮੁੱਦਿਆਂ ਨੂੰ ਜਾਣਨ ਦਾ ਸਾਧਨ ਵੀ ਰੇਡੀਓ ਹੀ ਸੀਗਾ
ਅਤੇ ਇਸ ਕਰਕੇ ਰੇਡੀਓ ਦਿਵਸ ਆ ਜਿਹੜਾ ਇਹ ਸਭ ਤੋਂ ਪਹਿਲੀ ਵਾਰ 2012 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀਗੀ। 13 ਫਰਵਰੀ ਨੂੰ ਇਹ ਮਨਾਇਆ ਜਾਂਦਾ ਵਾ। ਕਲੀਅਰ। ਨੈਕਸਟ ਕੁਐਸਚਨ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਲ ਹੀ ਵਿੱਚ ਜਨਰਲ ਬਿਪਿਨ ਰਾਵਤ ਦੇ ਬੁੱਤ ਦਾ ਉਦਘਾਟਨ ਕਿੱਥੇ ਕੀਤਾ? ਹਾਂਜੀ, ਜਨਰਲ ਬਿਪਿਨ ਰਾਵਤ ਜਿੱਥੇ ਵੀ ਤੁਹਾਨੂੰ ਅਜੇ ਬਹੁਤ ਇੰਪੋਰਟੈਂਟ ਹੈ, ਕਿਉਂਕਿ ਸਾਡੇ ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਸੀਗੇ ਅਤੇ ਇਹਨਾਂ ਦਾ ਇੱਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਦੇਹਾਂਤ ਹੋ ਗਿਆ ਸੀਗਾ। ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਨਰਲ ਬਿਪਿਨ ਰਾਵਤ ਦੇ ਬੁੱਤ ਦਾ ਉਦਘਾਟਨ ਕੀਤਾ ਉੱਤਰਾਖੰਡ ਦੀ ਕੈਪੀਟਲ ਦੇਹਰਾਦੂਨ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਸਿੱਖਿਆ ਮੰਤਰਾਲੇ ਵੱਲੋਂ ਦੂਰ ਦੁਰਾਡੇ ਦੇ ਪਿੰਡਾਂ ਵਿੱਚ ਹਾਲ ਹੀ ਵਿੱਚ ਕਿਹੜੀ ਪਹਿਲਕਦਮੀ ਸ਼ੁਰੂ ਕੀਤੀ ਗਈ? ਹਾਂਜੀ, ਸਿੱਖਿਆ ਮੰਤਰਾਲੇ ਵੱਲੋਂ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਇੱਕ ਪਹਿਲ ਸ਼ੁਰੂ ਕੀਤੀ ਗਈ ਹੈ ਜਿਸਦਾ ਨਾਮ ਆ ਅਪਾਰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਪਾਰ, ਅਪਾਰ ਕੀ ਆ? ਇੱਕ ਤਰ੍ਹਾਂ ਦੀ ਆਈਡੀਆ, ਸਟੂਡੈਂਟ ਆਈਡੀਆ, ਸਿੱਖਿਆ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਹੈ ਨਾ। ਜਿਵੇਂ ਆਪਣਾ ਆਪਣਾ ਜਿਵੇਂ ਆਧਾਰ ਕਾਰਡ ਆ, ਆਧਾਰ ਕਾਰਡ ਆਧਾਰ ਆਈਡੀ ਹੁੰਦੀ ਆ, ਉਸੇ ਤਰ੍ਹਾਂ ਅਪਾਰ ਵੀ ਕੀ ਆ? ਇੱਕ ਆਈਡੀ ਹੁੰਦੀ ਆ। ਇਸ ਦੇ ਵਿੱਚ ਹਰੇਕ ਸਟੂਡੈਂਟ ਦੀ ਬਾਇਓਮੈਟ੍ਰਿਕ ਇਨਫੋਰਮੇਸ਼ਨ ਰਹੇਗੀ। ਜੇਕਰ ਕੋਈ ਬੱਚਾ ਸਕੂਲ ਚੇਂਜ ਵੀ ਕਰਦਾ, ਪੰਜਾਬ ਤੋਂ ਹਟ ਕੇ ਉਹ ਗੁਜਰਾਤ ਦੇ ਵਿੱਚ, ਹਰਿਆਣੇ ਦੇ ਵਿੱਚ ਵੀ ਪੜ੍ਹਨ ਜਾਂਦਾ, ਤਾਂ ਵੀ ਜਿਹੜੀ ਆਈਡੀ ਆ, ਅਪਾਰ ਆਈਡੀ, ਉਹ ਚੇਂਜ ਨਹੀਂ ਹੋਵੇਗੀ। ਠੀਕ ਹੈ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਇਸੇ ਆਈਡੀ ਦੇ ਥਰੂ ਜੇਕਰ ਬੱਚੇ ਨੇ ਕੋਈ ਅੱਗੇ ਜਾ ਕੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣਾ ਰੁਜ਼ਗਾਰ ਕਰਨ ਦੇ ਲਈ ਲੋਨ ਵਗੈਰਾ ਲੈਣਾ ਵਾ, ਤਾਂ ਉਹ ਵੀ ਇਸੇ ਆਈਡੀ ਦੇ ਥਰੂ ਉਹਨੂੰ ਲੈਣ ਦੇ ਵਿੱਚ ਕਾਫੀ ਆਸਾਨੀ ਹੋਵੇਗੀ। ਠੀਕ ਹੈ, ਇਹ ਆ ਅਪਾਰ ਅਪਾਰ ਐਪ ਜਾਂ ਅਪਾਰ ਆਈਡੀ ਜਿਹੜੀ ਪੂਰੇ ਦੇਸ਼ ਦੇ ਵਿੱਚ ਲਾਗੂ ਹੋਵੇਗੀ। ਅਤੇ ਸਿੱਖਿਆ ਮੰਤਰਾਲੇ ਨੇ ਸ਼ੁਰੂ ਕੀਤੀ ਹੈ। ਸਿੱਖਿਆ ਮੰਤਰਾਲੇ ਦੇ ਸਾਡੇ ਕੇਂਦਰੀ ਮੰਤਰੀ ਕੌਣ? ਧਰਮਿੰਦਰ ਪ੍ਰਧਾਨ। ਇਹ ਵੀ ਤੁਸੀਂ ਯਾਦ ਰੱਖਣਾ, ਕੌਣ ਨੇ? ਧਰਮਿੰਦਰ ਪ੍ਰਧਾਨ। ਕਲੀਅਰ। ਨੈਕਸਟ ਕੁਐਸਚਨ ਆ ਜੀ, ਹਾਲ ਹੀ ਵਿੱਚ 36ਵਾਂ ਰਾਸ਼ਟਰੀ ਪੁਸਤਕ ਮੇਲਾ ਕਿੱਥੇ ਲਗਾਇਆ ਜਾ ਰਿਹਾ? ਹਾਂਜੀ, 36ਵਾਂ ਰਾਸ਼ਟਰੀ ਪੁਸਤਕ ਮੇਲਾ ਵਾ ਜਿਹੜਾ, ਇਹ ਹੈਦਰਾਬਾਦ ਦੇ ਵਿੱਚ ਲਗਾਇਆ ਜਾ ਰਿਹਾ। 9 ਫਰਵਰੀ ਤੋਂ ਲੈ ਕੇ 19 ਫਰਵਰੀ ਤੱਕ ਚੱਲੇਗਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਹਾਲ ਹੀ ਵਿੱਚ ICAI ਦੇ ਨਵੇਂ ਪ੍ਰਧਾਨ ਵਜੋਂ ਕਿਸ ਨੂੰ ਚੁਣਿਆ ਗਿਆ? ICAI ਯਾਨੀ ਕਿ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ, ਇਸ ਦੇ ਨਵੇਂ ਪ੍ਰਧਾਨ ਬਣੇ ਆ ਰਣਜੀਤ ਕੁਮਾਰ ਅਗਰਵਾਲ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ, ਅਗਰਵਾਲ। ਠੀਕ ਹੈ, ਰਣਜੀਤ ਕੁਮਾਰ ਅਗਰਵਾਲ ਪੂਰਾ ਨਾਮ ਹੈ ਇਹਨਾਂ ਦਾ। ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ, ਤਾਂ ਦੱਖਣੀ ਰੇਲਵੇ ਦੀ ਪਹਿਲੀ ਟਰਾਂਸ ਵੂਮੈਨ TTE ਸਿੰਧੂ ਗਣਪਤੀ ਨੂੰ ਚੁਣਿਆ ਗਿਆ। ਨਰਿੰਦਰ ਕੁਮਾਰ ਯਾਦਵ ਫਿੱਟ ਇੰਡੀਆ ਮੂਵਮੈਂਟ ਦੇ ਬ੍ਰਾਂਡ ਅੰਬੈਸਡਰ ਬਣੇ। LIC ਮਿਊਚੁਅਲ ਫੰਡ ਨੇ ਰਵੀ ਕੁਮਾਰ ਝਾਅ ਨੂੰ MD ਅਤੇ CEO ਚੁਣਿਆ। ਟਾਟਾ ਡਿਜੀਟਲ ਨੇ ਨਵੀਨ ਤਹਿਲਾਨੀ ਨੂੰ MD ਅਤੇ CEO ਚੁਣਿਆ। ਵਿਜੇ ਵਿਸਨੋਈ ਨੇ ਗੁਹਾਟੀ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕੀ। ਰਜਿੰਦਰ ਪ੍ਰਸ਼ਾਦ ਨੂੰ ਰਾਜਸਥਾਨ ਦਾ ਨਵਾਂ ਐਡਵੋਕੇਟ ਜਨਰਲ ਚੁਣਿਆ ਗਿਆ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਕਿਸ ਰਾਜ ਵਿੱਚ ਗੁਪਤੇਸ਼ਵਰ ਜੰਗਲ ਨੂੰ ਜੈਵ ਵਿਭਿੰਨਤਾ ਵਿਰਾਸਤੀ ਸਥਾਨ ਘੋਸ਼ਿਤ ਕੀਤਾ ਗਿਆ? ਹਾਂਜੀ, ਗੁਪਤੇਸ਼ਵਰ ਜੰਗਲ ਆ, ਇਸ ਨੂੰ ਜੈਵ ਵਿਭਿੰਨਤਾ ਵਿਰਾਸਤੀ ਸਥਾਨ ਘੋਸ਼ਿਤ ਕੀਤਾ ਗਿਆ ਵਾ, ਅਤੇ ਕਿਹੜੇ ਰਾਜ ਦੇ ਵਿੱਚ ਆ? ਇਹ ਹੈਗਾ ਜੀ ਉੜੀਸਾ ਰਾਜ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਉੜੀਸਾ। ਉੜੀਸਾ ਦਾ ਵਿੱਚ ਹੈਗਾ ਜੀ ਗੁਪਤੇਸ਼ਵਰ ਮੰਦਿਰ, ਜਿਹਨੂੰ ਜੈਵ ਵਿਭਿੰਨਤਾ ਵਿਰਾਸਤੀ ਸਥਾਨ ਘੋਸ਼ਿਤ ਕਰ ਦਿੱਤਾ ਗਿਆ ਵਾ, ਹੁਣ ਉੜੀਸਾ ਦੇ ਵਿੱਚ ਆ। ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੜੀਸਾ। ਉੜੀਸਾ ਦੀ ਕੈਪੀਟਲ ਕੀ ਆ? ਭੁਵਨੇਸ਼ਵਰ। ਚੀਫ ਮਿਨਿਸਟਰ ਆ ਨਵੀਨ ਪਟਨਾਇਕ, ਗਵਰਨਰ ਆ ਗਣੇਸ਼ੀ ਲਾਲ,
ਉੜੀਸਾ ਦਿਵਸ ਹਰੇਕ ਸਾਲ 1 ਅਪ੍ਰੈਲ ਨੂੰ ਮਨਾਇਆ ਜਾਂਦਾ। ਉੜੀਸਾ ਦੇ ਵਿੱਚ ਨੰਦਨ ਕਾਨਨ ਨੈਸ਼ਨਲ ਪਾਰਕ ਆ, ਸਿੰਪਲੀਪਾਲ ਨੈਸ਼ਨਲ ਪਾਰਕ ਆ, ਭੀਤਰਕਨਿਕਾ ਨੈਸ਼ਨਲ ਪਾਰਕ ਆ, ਚਿਲਕਾ ਸੈਂਚੁਰੀ ਆ। ਉੜੀਸਾ ਵਿੱਚ ਚਿਲਕਾ ਝੀਲ ਆ, ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਆ। ਉੜੀਸਾ ਵਿੱਚ ਰੂਸੀ ਕੁਲੀਆ ਬੀਚ ਆ, ਗੋਲਡਨ ਬੀਚ ਆ। ਭੁਵਨੇਸ਼ਵਰ ਵਿੱਚ 12 ਮੁੰਡਾ ISBT ਦਾ ਨਾਮ BR ਅੰਬੇਡਕਰ ਦੇ ਨਾਮ 'ਤੇ ਰੱਖਿਆ ਜਾਵੇਗਾ। ਅਤੇ ਉੜੀਸਾ ਦੀ ਲਾਲ ਆਂਟ ਚਟਨੀ ਨੂੰ, ਰੈੱਡ ਆਂਟ ਚਟਨੀ ਨੂੰ GI ਟੈਗ ਮਿਲਿਆ, ਜਿਸ ਨੂੰ ਉੱਥੋਂ ਦੀ ਲੈਂਗੁਏਜ ਦੇ ਵਿੱਚ ਕਾਈ ਚਟਨੀ ਵੀ ਬੋਲਿਆ ਜਾਂਦਾ। ਉੜੀਸਾ ਦੀ ਮਨੀਸ਼ਾ ਪਾਡੀ ਭਾਰਤ ਦੀ ਪਹਿਲੀ ਮਹਿਲਾ ਸਹਾਇਕ ਡੀ ਕੈਂਪ ਬਣੀ। ਏਸ਼ੀਆ ਦੇ ਸਭ ਤੋਂ ਵੱਡੇ ਓਪਨ ਏਅਰ ਸਲਾਨਾ ਵਪਾਰ ਮੇਲੇ ਦਾ ਉਦਘਾਟਨ ਉੜੀਸਾ ਦੇ ਕਟਕ ਦੇ ਵਿੱਚ ਹੋਇਆ ਅਤੇ ਮੇਲੇ ਦਾ ਨਾਮ ਕੀ ਆ? ਵਾਲੀ ਯਾਤਰਾ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।